ਹੁਣ ਭਾਰਤ ਦੇ ਵਿੱਚ ਕੀ ਹੋ ਰਿਹਾ? ਕਾਂਸਟੀਟਿਊਸ਼ਨ ਇੱਕ ਕਾਗਜ਼ਾਂ ਦਾ ਪਲੰਦਾ ਬਣ ਕੇ ਰਹਿ ਜਾਂਦਾ ਹੈ। ਹੁਣ ਦੁਨੀਆ ਦੇ ਕਾਂਸਟੀਟਿਊਸ਼ਨਸ ਦੀ ਨਕਲ ਮਾਰ ਕੇ ਤੁਸੀਂ ਇਹ ਦਾਅਵਾ ਕਰੋ ਕਿ ਜੀ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਕਾਂਸਟੀਟਿਊਸ਼ਨ ਥੱਬੇ ਦਾ ਥੱਬਾ ਲਿਖ ਦਿੱਤਾ, ਪਰ ਸਪਿਰਿਟ ਆਫ ਦਾ ਕਾਂਸਟੀਟਿਊਸ਼ਨ ਲਿਖਣ ਨੂੰ ਉਹਦੇ ਵਰਡ ਕਾਂਸਟੀਟਿਊਸ਼ਨ ਦੇ ਸੈਕੂਲਰ ਨੇ। ਉਸ ਦੇ ਵਿੱਚ ਵਿਮੈਨ ਰਾਈਟਸ ਦੀ ਗੱਲ ਹੈ, ਦਲਿਤਾਂ ਨੂੰ ਬਰਾਬਰ ਦੇ ਹੱਕ ਨੇ, ਬੈਕਵਰਡ ਕਲਾਸਿਸ, ਓ ਬੀ ਸੀ, ਬਹੁਤ ਕੁਛ ਦਿੱਤਾ ਹੋਇਆ, ਪਰ ਉਹਦੀ ਸਪਿਰਿਟ ਜਿਹੜੀ ਹੈ ਉਹ ਤਾਂ ਬ੍ਰਹਮਣ ਹੈ, ਬ੍ਰਹਮਣੀਕਲ ਹੈ। ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਕਿ ਜੀ 15 ਅਗਸਤ ਆ ਗਿਆ, 75th ਐਨੀਵਰਸਰੀ ਆਜ਼ਾਦੀ ਦੀ, ਇਹ ਵੋ, ਅਤੇ ਤੁਸੀਂ ਇਹ ਦੇਖ ਰਹੇ ਹੋ ਕਿ ਭਾਈ ਕਿਸ ਹੱਦ ਤੱਕ ਜਾ ਕੇ ਅੱਜ ਇਕੱਲਾ। ਜਦੋਂ ਅਸੀਂ ਕਿਹਾ ਕਿ ਇੰਡੀਆ ਰੇਪ ਕੈਪੀਟਲ ਆਫ ਦਾ ਵਰਲਡ, ਇੱਕ ਗਰੀਬ ਦਲਿਤ ਪਰਿਵਾਰ ਦੀ 9 ਸਾਲਾ ਬੱਚੀ ਜਿਹੜੀ ਕਿ ਇੱਕ ਸ਼ਮਸ਼ਾਨ ਘਾਟ ਦੀ ਦੇ ਨੇੜੇ ਰਹਿੰਦਾ ਸੀ ਜਿਹੜਾ ਪਰਿਵਾਰ ਸੜਕ ਦੇ ਦੂਸਰੇ ਬੰਨੇ, ਉਹ ਉਹਨਾਂ ਦੇ ਕੂਲਰ ਤੋਂ ਪਾਣੀ ਲੈਣ ਜਾਂਦੀ ਹੈ, ਉਹ ਵਾਪਸ ਨਹੀਂ ਮੁੜਦੀ। ਉਹਦੇ ਮਾਂ ਪਿਓ ਦੇਖਦੇ ਨੇ ਜਾ ਕੇ ਕਿ ਭਾਈ ਉਹਨੂੰ ਤਾਂ ਜਿਹੜਾ ਹੈ ਉਹ ਬੇਹੋਸ਼ ਪਈ ਹੈ ਔਰ ਉਸ ਦੇ ਨਾਲ ਜਬਰ ਜਨਾਹ ਕੀਤਾ ਗਿਆ ਔਰ ਮਰੀ ਪਈ ਹੈ ਰਾਧਰ, ਔਰ ਉਸੇ ਵੇਲੇ ਜਿਹੜਾ ਉਹ ਮੰਦਰ ਦਾ ਪੁਜਾਰੀ ਹੈ ਕਿਉਂਕਿ ਉਸ ਕ੍ਰੇਮੇਟੋਰੀਅਮ ਦੇ ਵਿੱਚ ਔਰ ਉਹਦੇ 4 ਸਾਥੀ ਜਿਹਨਾਂ ਨੇ ਉਹਦੇ ਨਾਲ ਜਬਰ ਜਨਾਹ ਕੀਤਾ, ਉਹ ਉਹਨਾਂ ਨੂੰ ਕਹਿੰਦੇ ਨੇ ਜੀ ਪੁਲਿਸ ਨੂੰ ਰਿਪੋਰਟ ਨਹੀਂ ਕਰਨੀ, ਉਹਨੂੰ ਹੁਣੇ ਕਰ ਦਿੰਦੇ ਨਹੀਂ ਤਾਂ ਕੇਸ ਬਣ ਜਾਏਗਾ। ਉਹ ਜ਼ਬਰਦਸਤੀ ਉਹਨੂੰ ਨਾਲ ਦੀ ਨਾਲ ਫੂਕਣ ਤੁਰ ਪੈਂਦੇ ਨੇ, ਅੱਗ ਲਾ ਦਿੰਦੇ ਨੇ। ਕੇਜਰੀਵਾਲ ਆਰਡਰਸ ਪ੍ਰੋਬ ਇਨ ਟੂ ਅਲੈਜਡ ਰੇਪ ਐਂਡ ਮਰਡਰ ਆਫ ਮਾਈਨਰ ਗਰਲ, ਫਿਰ BBC ਦੀ ਖਬਰ ਹੈ ਦਲਿਤ ਗਰਲ ਰੇਪ ਐਂਡ ਮਰਡਰ, ਇੰਡੀਅਨਸ ਪ੍ਰੋਟੈਸਟ ਓਵਰ ਦਲਿਤ ਗਰਲਸ ਫੋਰਸਡ ਕ੍ਰੀਮੇਸ਼ਨ, ਫਿਰ ਦਲਿਤ ਗਰਲਸ ਡੈਥ, ਡੈਲੀ ਪੁਲਿਸ ਟ੍ਰਾਂਸਫਰਸ ਕੇਸ ਟੂ ਕ੍ਰਾਈਮ ਬ੍ਰਾਂਚ। ਬਰਿੰਦਾ ਕਰਾਤ ਜਿਹੜੀ CPIM ਦੀ ਹੈ, ਉਹਨੇ ਠੀਕ ਕਿਹਾ ਕਿ ਫੋਰਸੀਬਲ ਕ੍ਰੀਮੇਸ਼ਨ ਆਫ ਦਲਿਤ ਗਰਲ ਇਨ ਡੈਲੀ, ਰਿਮਿਨਸੀਐਂਟ ਆਫ ਹਾਥਰਸ। ਦਰਸ਼ਕੋ ਬ੍ਰੇਕ ਤੋਂ ਬਾਅਦ ਆਪਾਂ ਤੁਹਾਨੂੰ ਸਭ ਨੂੰ ਜੀ ਆਇਆਂ ਕਹਿੰਦੇ ਹਾਂ। ਸੋ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਦਿੱਲੀ ਵਿੱਚ ਇੱਕ 9 ਸਾਲਾ ਦਲਿਤ ਬੱਚੀ ਦਾ ਰੇਪ ਅਤੇ ਫਿਰ ਉਸਦਾ ਮਰਡਰ ਇਸ ਵੇਲੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸੋ ਵੱਡੇ ਵੱਡੇ ਰੋਸ ਵਿਖਾਵੇ ਹੋ ਰਹੇ ਹਨ ਜਿਨ੍ਹਾਂ ਵਿੱਚ ਇਨਸਾਫ਼ ਦੀ ਮੰਗ ਕੀਤੀ ਜਾ ਰਹੀ ਹੈ। ਸੋ ਵਿਊਅਰਸ ਧਿਆਨ ਰਹੇ ਕਿ ਭਾਰਤ ਇਸ ਵੇਲੇ ਦੁਨੀਆ ਦੀ ਇੱਕ ਰੇਪ ਕੈਪੀਟਲ ਬਣ ਚੁੱਕਾ ਹੈ। ਸੋ ਇਹਨਾਂ ਦੇ ਆਪਣੇ ਸਰਕਾਰੀ ਅੰਕੜਿਆਂ ਅਨੁਸਾਰ ਭਾਰਤ ਵਿੱਚ ਪਿਛਲੇ 5 ਸਾਲਾਂ ਵਿੱਚ ਰੇਪ ਦੇ 1,71,000 ਕੇਸ ਰਜਿਸਟਰ ਕੀਤੇ ਗਏ ਹਨ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣਿਆ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇਸ ਕਿਸਮ ਦੀ ਖਬਰ ਨੂੰ ਡਿਸਕਸ ਕਰਦਿਆਂ ਤਕਲੀਫ ਹੁੰਦੀ ਹੈ, ਮਨ ਦੇ ਵਿੱਚ, ਰੂਹ ਦੇ ਵਿੱਚ ਦਰਦ ਉਤਰਦਾ ਹੈ। ਕਿਉਂਕਿ ਇੱਕ ਪਾਸੇ ਉਹ ਮੁਲਕ ਜਿਹੜਾ ਜਦੋਂ ਦੇਵੀ ਦੀ ਗੱਲ ਕਰਦਾ ਹੈ ਤਾਂ ਉਹ ਕਹਿੰਦਾ ਜੀ ਦੇਖੋ ਸਾਡੇ ਲਈ ਤਾਂ ਔਰਤ ਦਾ ਰੁਤਬਾ ਦੇਵੀ ਵਾਂਗ ਹੈ, ਔਰ ਜ਼ਾਹਰ ਹੈ ਲੱਖਾਂ ਮੰਦਰ ਦੇਵੀਆਂ ਦੇ ਬਣਾਏ ਹੋਏ ਨੇ, ਔਰ ਇਹ ਉਹ ਲੋਕ ਨੇ ਜਿਹੜੇ ਕਦੇ ਔਰਤ ਨੂੰ ਵੀ ਜ਼ਬਰਦਸਤੀ ਉਹਦੇ ਹਸਬੈਂਡ ਉਹਦੇ ਖਾਵਨ ਦੇ ਮਰਨ 'ਤੇ ਉਹਦੀ ਚਿਖਾ 'ਤੇ ਸੁੱਟ ਦਿੰਦੇ ਸੀ ਅਤੇ ਬਾਅਦ 'ਚ ਉਹਦਾ ਮੰਦਰ ਬਣਾ ਦਿੰਦੇ ਸੀ ਕਿ ਸਤੀ ਦੇਵੀ, ਸਤੀ ਦਾ ਮੰਦਰ। ਰਾਜਸਥਾਨ 'ਚ ਅੱਜ ਵੀ ਹਜ਼ਾਰਾਂ ਤੁਹਾਨੂੰ ਇਸ ਕਿਸਮ ਦੇ ਸਤੀ ਮੰਦਰ ਮਿਲਣਗੇ। ਉਹ ਤਾਂ ਅੰਗਰੇਜ਼ਾਂ ਨੇ ਬੜੇ ਜ਼ੋਰ ਦੇ ਨਾਲ ਜਿਹੜਾ ਕਾਨੂੰਨ ਬਣਾ ਕੇ ਸਤੀ ਦੀ ਇਸ ਰਸਮ ਨੂੰ ਬੰਦ ਕੀਤਾ, ਔਰ ਉਸ ਪੀਰੀਅਡ ਦੇ ਤੁਸੀਂ ਸਾਰੇ ਹਿੰਦੂ ਲੀਡਰ ਜਿਹੜੇ ਆਪਣੇ ਆਪ ਨੂੰ ਲਿਬਰਲ ਕਹਿਣ ਵਾਲੇ ਵੀ ਸੀ, ਉਹਨਾਂ ਦੀਆਂ ਸਟੇਟਮੈਂਟਾਂ ਕਢਾ ਕੇ ਦੇਖੋ ਉਦੋਂ ਦੀਆਂ, ਉਹ ਕਹਿਣਗੇ ਕਿ ਇਹ ਦਖਲ ਅੰਦਾਜ਼ੀ ਹੈ, ਸਾਡੇ ਹਿੰਦੂਆਂ ਦੀ ਪਵਿੱਤਰ ਰਸਮ ਹੈ। ਹਾਲਾਂ ਜਿਹੜੇ ਰਾਜਾ ਰਾਮ ਮੋਹਨ ਰਾਏ ਵਰਗੇ ਸੁਧਾਰਕ ਜਿਹੜੇ ਅੱਧੇ ਕੈਂਗਲੋ ਸੀ ਅੱਧੇ ਇੱਕ ਦੇਸੀ ਸੀ, ਉਹਨਾਂ ਨੇ ਸਪੋਰਟ ਕੀਤਾ, ਉਹਨਾਂ ਨੇ ਇਸ ਦੇ ਉੱਤੇ ਜਿਹੜੀ ਲੌਬੀ ਵੀ ਕੀਤੀ, ਲੇਕਿਨ ਇਸ ਸਾਰੇ ਨੂੰ ਉਸ ਵੇਲੇ ਹਿੰਦੂਆਂ ਦੇ ਧਾਰਮਿਕ ਮਾਮਲਿਆਂ 'ਚ ਦਖਲ ਅੰਦਾਜ਼ੀ ਦਾ ਨਾਂ ਦਿੱਤਾ ਗਿਆ ਸੀ। ਸੋ ਇੱਕ ਪਾਸੇ ਉਹਨਾਂ ਦੀ ਇਹ ਹਿਪੋਕ੍ਰੇਸੀ ਦੰਭ ਪੁਣੇ। ਹੁਣ ਭਾਰਤ ਦੇ ਵਿੱਚ ਕੀ ਹੋ ਰਿਹਾ? ਕਾਂਸਟੀਟਿਊਸ਼ਨ ਇੱਕ ਕਾਗਜ਼ਾਂ ਦਾ ਪਲੰਦਾ ਬਣ ਕੇ ਰਹਿ ਜਾਂਦਾ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਤੁਸੀਂ ਕੋਈ ਕਾਨੂੰਨ ਇਸ ਲਈ ਲਿਖਦੇ ਹੋ ਕਿਉਂਕਿ ਕਾਨੂੰਨ ਦੀ ਲੋੜ ਉਦੋਂ ਪੈਂਦੀ ਹੈ ਜਦੋਂ ਲੋਕ ਬੇਕਾਨੂੰਨੇ ਹੁੰਦੇ ਨੇ। ਅਦਰਵਾਈਜ਼ ਜੇ ਹੁਣ ਅਸੀਂ ਈਵਨ ਜਿਹੜੀਆਂ ਕੁਛ ਸਿਵਿਲਾਈਜ਼ ਸੁਸਾਇਟੀਜ਼ ਜਿਵੇਂ UK ਦੇ ਹਵਾਲੇ ਨਾਲ ਹੁੰਦਾ, ਉਹਨਾਂ ਦਾ ਕੋਈ ਰਿਟਨ ਕਾਂਸਟੀਟਿਊਸ਼ਨ ਨਹੀਂ ਹੈ। ਇਸੇ ਤਰ੍ਹਾਂ ਅਸੀਂ ਇਹ ਗੱਲ ਕਹਿ ਸਕਦੇ ਹਾਂ ਕਿ ਗੱਲ ਅਲਟੀਮੇਟਲੀ ਜਾਂ ਅਮਰੀਕਾ ਦੀ ਜਿਵੇਂ ਇੱਕ ਐਕਸਪ੍ਰੈਸ਼ਨ ਯੂਜ਼ ਹੁੰਦੀ ਹੈ ਕਿ ਯੂ ਕਾਂਟ ਲੈਜਿਸਲੇਟ ਹਿਊਮਨ ਨੇਚਰ,
ਕਿ ਇਨਸਾਨੀ ਫਿਤਰਤ ਨੂੰ ਇਹਦੇ ਉੱਤੇ ਤਾਂ ਅਸੀਂ ਕੋਈ ਕਾਨੂੰਨ ਨਹੀਂ ਬਣਾ ਸਕਦੇ। ਹੁਣ ਦੁਨੀਆ ਦੇ ਕਾਨਸਟੀਟਿਊਸ਼ਨਸ ਦੀ ਨਕਲ ਮਾਰ ਕੇ ਤੁਸੀਂ ਇਹ ਦਾਅਵਾ ਕਰੋ ਕਿ ਜੀ ਤੁਸੀਂ ਦੁਨੀਆ ਦਾ ਸਭ ਤੋਂ ਵੱਡਾ ਕਾਨਸਟੀਟਿਊਸ਼ਨ ਥੱਬੇ ਦਾ ਥੱਬਾ ਲਿਖ ਦਿੱਤਾ, ਪਰ ਸਪਿਰਿਟ ਆਫ ਦਾ ਕਾਨਸਟੀਟਿਊਸ਼ਨ ਲਿਖਣ ਨੂੰ ਉਹਦੇ ਵਰਡ ਕਾਨਸਟੀਟਿਊਸ਼ਨ ਦੇ ਸੈਕੂਲਰ ਨੇ, ਉਸ ਦੇ ਵਿੱਚ ਵਿਮੈਨ ਰਾਈਟਸ ਦੀ ਗੱਲ ਹੈ, ਦਲਿਤਾਂ ਨੂੰ ਬਰਾਬਰ ਦੇ ਹੱਕ ਨੇ, ਬੈਕਵਰਡ ਕਲਾਸਿਸ, ਓ ਬੀ ਸੀ, ਬਹੁਤ ਕੁਛ ਦਿੱਤਾ ਹੋਇਆ, ਪਰ ਉਹਦੀ ਸਪਿਰਿਟ ਜਿਹੜੀ ਹੈ ਉਹ ਤਾਂ ਬ੍ਰਹਿਮਨ ਹੈ, ਬ੍ਰਹਿਮਨਿਕਲ ਹੈ। ਔਰ ਇਹੀ ਕਾਰਨ ਹੈ ਕਿ ਜਦੋਂ ਉਸ ਕਾਨਸਟੀਟਿਊਸ਼ਨ ਨੂੰ ਅਦਾਲਤਾਂ ਇੰਟਰਪ੍ਰੇਟ ਕਰਦੀਆਂ, ਜੱਜ ਬੈਠਾ ਉਹਦਾ ਵੀ ਬ੍ਰਹਿਮਨਿਕਲ ਮਾਇੰਡ ਸੈੱਟ ਹੈ, ਜਦੋਂ ਉਸ ਕਾਨਸਟੀਟਿਊਸ਼ਨ ਦੀ ਵਾਇਲੇਸ਼ਨ ਕਰਕੇ ਲੋਕਾਂ ਦੇ ਹੱਕ ਖੋਹੇ ਜਾਂਦੇ ਨੇ, ਕੋਈ ਜਿਹੜੇ ਨੇ ਔਰਤ ਦੇ ਨਾਲ ਜ਼ਬਰ ਜਨਾਹ ਹੁੰਦਾ, ਜਿਸ ਪੁਲਿਸ ਥਾਣੇ ਦੇ ਵਿੱਚ ਉਹਨਾਂ ਨੇ ਰਿਪੋਰਟ ਕਰਨੀ ਹੈ ਉੱਥੇ ਕੌਣ ਲੋਕ ਬੈਠੇ ਨੇ, ਜਿਹਨਾਂ ਜਿਸ ਸਮਾਜ ਨੇ ਮੁੜ ਕੇ ਜਿਹੜਾ ਉਹਨਾਂ 'ਤੇ ਫਤਵਾ ਦੇਣਾ, ਉਹ ਅਲਟੀਮੇਟਲੀ ਉਸ ਸਮਾਜ ਦੀ ਜ਼ਹਿਨੀਅਤ ਕੀ ਹੈ। ਸੋ ਜਦੋਂ ਤੁਸੀਂ ਇਸ ਕੰਟੈਕਸਟ ਦੇ ਵਿੱਚ ਈਵਨ 75 ਸਾਲ ਬਾਅਦ ਵੀ ਦੇਖੋਗੇ, ਇੱਕ ਪਾਸੇ ਜਸ਼ਨ ਮਨਾਏ ਜਾ ਰਹੇ ਨੇ ਕਿ ਜੀ 15 ਅਗਸਤ ਆ ਗਿਆ, 75th ਐਨੀਵਰਸਰੀ ਆਜ਼ਾਦੀ ਦੀ, ਇਹ ਵੋ, ਅਤੇ ਤੁਸੀਂ ਇਹ ਦੇਖ ਰਹੇ ਹੋ ਕਿ ਭਾਈ ਕਿਸ ਹੱਦ ਤੱਕ ਜਾ ਕੇ ਅੱਜ ਇਕੱਲਾ, ਜਦੋਂ ਅਸੀਂ ਕਿਹਾ ਕਿ ਇੰਡੀਆ ਰੇਪ ਕੈਪੀਟਲ ਆਫ ਦਾ ਵਰਲਡ, ਇੱਕ ਪੀਰੀਅਡ ਸੀ ਜਦੋਂ ਦਿੱਲੀ ਦਾ ਨਿਰਭਿਆ ਕੇਸ ਡਿਸਕਸ ਹੋਇਆ ਜਿਹਨੇ ਸਾਰੀ ਸੁਸਾਇਟੀ ਨੂੰ ਸ਼ੇਕ ਕਰਕੇ ਰੱਖ ਦਿੱਤਾ ਸੀ, ਉਦੋਂ ਇਹ ਟਰਮ ਇੰਟਰਨੈਸ਼ਨਲ ਮੀਡੀਆ 'ਚ ਯੂਜ਼ ਹੋਈ, ਡੈਲੀ ਰੇਪ ਕੈਪੀਟਲ ਆਫ ਦਾ ਵਰਲਡ। ਲੇਕਿਨ ਅੱਜ ਜਦੋਂ ਅਸੀਂ ਇਹ ਕਹਿ ਰਹੇ ਹਾਂ ਇੰਡੀਆ ਰੇਪ ਕੈਪੀਟਲ ਆਫ ਦਾ ਵਰਲਡ, ਕਿ ਭਾਈ ਇਹ 1,350,000,000 ਲੋਕਾਂ ਦਾ ਦੇਸ਼, ਔਰ ਜੇ ਤੁਸੀਂ ਮੈਂ ਸੂਬਾ ਵਾਈਜ਼ ਡਿਸਕਸ ਕਰਨਾ ਸ਼ੁਰੂ ਕਰਦੇ ਹਾਂ ਤਾਂ ਯੂਪੀ ਤੋਂ ਸ਼ੁਰੂ ਕਰੀਏ, ਔਰ ਠੀਕ ਜਿਹੜੀ ਘਟਨਾ ਨੂੰ ਲੈ ਕੇ ਅੱਜ ਦਿੱਲੀ ਦੇ ਵਿੱਚ ਲੱਖਾਂ ਲੋਕ ਪਿਛਲੇ 2 ਦਿਨਾਂ ਤੋਂ ਪ੍ਰੋਟੈਸਟ ਕਰ ਰਹੇ ਨੇ ਭਾਰਤ ਭਰ 'ਚ, ਹੋਰ ਥਾਂ 'ਤੇ ਵੀ, ਔਰ ਦੂਸਰਾ ਕਿ ਕਿਵੇਂ ਦਿੱਲੀ ਦੇ ਓਲਡ ਨੰਗਲ ਏਰੀਆ ਜਿਹੜਾ ਕਿ ਸਾਊਥ ਵੈਸਟ ਦਿੱਲੀ 'ਚ ਹੈ, ਇੱਕ ਗਰੀਬ ਦਲਿਤ ਪਰਿਵਾਰ ਦੀ 9 ਸਾਲਾ ਬੱਚੀ ਜਿਹੜੀ ਕਿ ਇੱਕ ਸ਼ਮਸ਼ਾਨ ਘਾਟ ਦੀ ਦੇ ਨੇੜੇ ਰਹਿੰਦਾ ਸੀ ਜਿਹੜਾ ਪਰਿਵਾਰ ਸੜਕ ਦੇ ਦੂਸਰੇ ਬੰਨੇ, ਉਹ ਉਹਨਾਂ ਦੇ ਕੂਲਰ ਤੋਂ ਪਾਣੀ ਲੈਣ ਜਾਂਦੀ ਹੈ, ਉਹ ਵਾਪਸ ਨਹੀਂ ਮੁੜਦੀ, ਔਰ ਕੁਛ ਦੇਰ ਬਾਅਦ ਜਦੋਂ ਵਕਤ ਬੀਤਦਾ ਉਹਦੇ ਮਾਂ ਪਿਓ ਦੇਖਦੇ ਨੇ ਜਾ ਕੇ ਕਿ ਭਾਈ ਉਹਨੂੰ ਤਾਂ ਜਿਹੜਾ ਉਹ ਬੇਹੋਸ਼ ਪਈ ਹੈ, ਔਰ ਉਸ ਦੇ ਨਾਲ ਜ਼ਬਰ ਜਨਾਹ ਕੀਤਾ ਗਿਆ, ਔਰ ਮਰੀ ਪਈ ਹੈ ਰਾਦਰ, ਔਰ ਉਸੇ ਵੇਲੇ ਜਿਹੜਾ ਉਹ ਮੰਦਰ ਦਾ ਪੁਜਾਰੀ ਹੈ ਕਿਉਂਕਿ ਉਸ ਕ੍ਰੇਮੇਟੋਰੀਅਮ ਦੇ ਵਿੱਚ, ਔਰ ਉਹਦੇ 4 ਸਾਥੀ ਜਿਹਨਾਂ ਨੇ ਉਹਦੇ ਨਾਲ ਜ਼ਬਰ ਜਨਾਹ ਕੀਤਾ, ਉਹ ਉਹਨਾਂ ਨੂੰ ਕਹਿੰਦੇ ਨੇ ਜੀ ਪੁਲਿਸ ਨੂੰ ਰਿਪੋਰਟ ਨਹੀਂ ਕਰਨੀ, ਉਹਨੂੰ ਹੁਣੇ ਹੀ ਕਰ ਦਿੰਦੇ ਨਹੀਂ ਤਾਂ ਕੇਸ ਬਣ ਜਾਏਗਾ, ਉਹ ਜ਼ਬਰਦਸਤੀ ਉਹਨੂੰ ਨਾਲ ਦੀ ਨਾਲ ਫੂਕਣ ਤੁਰ ਪੈਂਦੇ ਨੇ, ਅੱਗ ਲਾ ਦਿੰਦੇ ਨੇ, ਹਾਲਾਂ ਪਿੰਡ ਦੇ ਲੋਕ ਪਹੁੰਚ ਜਾਂਦੇ ਨੇ ਜਦੋਂ ਤੱਕ ਪੁਲਿਸ ਆਉਂਦੀ ਹੈ, ਉਸ ਬੱਚੀ ਦੀ ਇੱਕ ਲੱਤ ਜਾਂ ਬਾਂਹ ਜਿਹੜੀ ਅਨਸੜੀ ਬੱਚੀ ਹੈ ਉਹ ਐਜ਼ ਏ ਸਬੂਤ ਕਿ ਜੀ ਇਹਦਾ, ਔਰ ਉਹ ਸਬੂਤ ਖਤਮ ਕਰਨ ਦੀ ਲਾਈਨ ਜਿਹੜੀ ਹੈ ਉਹਦੇ ਥੱਲੇ, ਔਰ ਇਹ ਆਲਮੋਸਟ ਉਸ ਕਿਸਮ ਦਾ ਹੀ ਕੇਸ ਜਿਵੇਂ ਅਸੀਂ ਕਠੂਏ ਦੇ ਵਿੱਚ ਦੇਖਦੇ ਹਾਂ ਕਿ ਇੱਕ ਗਰੀਬ ਜਿਹੜੀ ਗੁੱਜਰ ਬੱਚੀ ਦੇ ਨਾਲ ਜੋ ਹੋਇਆ, ਔਰ ਕਿਵੇਂ ਉਸ ਦਾ ਕਵਰ ਅਪ, ਔਰ ਅੱਜ ਤੱਕ ਕਿਵੇਂ ਹਿੰਦੂ ਤੋਂ ਵੀ ਵਕੀਲ ਉਹ ਹੱਕ ਦੇ ਵਿੱਚ ਨਿਕਲ ਆਏ ਪੁਲਿਸ ਦੇ ਦੂਜੇ ਤੀਜੇ, ਔਰ ਉਹਦੇ 'ਚ ਵੀ ਮੰਦਰ ਦਾ ਪੰਡਿਤ ਇਨਵੋਲਵ ਸੀ। ਹੁਣ ਇਹ ਵੀ ਇੱਕ ਪੰਡਿਤ ਜਿਹੜਾ ਕਿ ਇੱਕ ਗਰੀਬ ਦਲਿਤ ਬੱਚੀ ਦੇ ਨਾਲ ਆਪਣੇ ਸਾਥੀਆਂ ਦੇ ਨਾਲ ਕੁਕਰਮ ਕਰਦਾ, ਹੁੰਦਾ ਜਿਵੇਂ ਆਮ ਹੋਇਆ ਹਰ ਕੇਸ ਹੁੰਦਾ ਕਿ ਜੀ ਕੇਜਰੀਵਾਲ ਆਰਡਰ ਪ੍ਰੋਬ ਇਨ ਟੂ ਅਲੈਜਡ ਰੇਪ ਐਂਡ ਮਰਡਰ ਆਫ ਮਾਈਨਰ ਗਰਲ, ਫਿਰ BBC ਦੀ ਖਬਰ ਹੈ ਦਲਿਤ ਗਰਲ ਰੇਪ ਐਂਡ ਮਰਡਰ, ਇੰਡੀਅਨਸ ਪ੍ਰੋਟੈਸਟ ਓਵਰ ਦਲਿਤ ਗਰਲਸ ਫੋਰਸਡ ਕ੍ਰੀਮੇਸ਼ਨ, ਫਿਰ ਦਲਿਤ ਗਰਲਸ ਡੈਥ, ਡੈਲੀ ਪੁਲਿਸ ਟ੍ਰਾਂਸਫਰਸ ਕੇਸ ਟੂ ਕ੍ਰਾਈਮ ਬ੍ਰਾਂਚ, ਕਿ ਕ੍ਰਾਈਮ ਬ੍ਰਾਂਚ ਨੂੰ ਭੇਜ ਦਿੱਤਾ, ਔਰ ਇਹ ਲੇਕਿਨ ਜਿਵੇਂ ਬਰਿੰਦਾ ਕਰਾਤ ਜਿਹੜੀ CPIM ਦੀ ਹੈ ਉਹਨੇ ਠੀਕ ਕਿਹਾ ਕਿ ਫੋਰਸੀਬਲ ਕ੍ਰੀਮੇਸ਼ਨ ਆਫ ਦਲਿਤ ਗਰਲ ਇਨ ਡੈਲੀ ਰਿਮਿਨਸੀਐਂਟ ਆਫ ਹਾਥਰਸ, ਅਜੇ ਕੁਛ ਮਹੀਨੇ ਪਹਿਲਾਂ ਹੀ ਉਸ UP ਦੇ ਵਿੱਚ ਜਿੱਥੇ ਗੁੰਡਾ ਆਦਿਤਿਆ ਨਾਥ ਯੋਗੀ ਚੀਫ ਮਿਨਿਸਟਰ ਹੈ, ਔਰ ਜਿਹਨੂੰ 2 ਦਿਨ ਪਹਿਲਾਂ ਅਮਿਤ ਸ਼ਾਹ ਜਿਹੜਾ ਪਿੱਠ ਠੋਕ ਕੇ ਕਹਿੰਦਾ ਹੈ ਕਿ ਜੀ UP ਲਾਅ ਐਂਡ ਆਰਡਰ ਦੇ ਵਿੱਚ ਨੰਬਰ 1 ਸਟੇਟ, ਸਾਰਾ ਕ੍ਰੈਡਿਟ ਯੋਗੀ ਨੂੰ ਜਾਂਦਾ ਹੈ। ਉਸ ਤੋਂ ਪਹਿਲਾਂ ਕੁਛ ਹਫ਼ਤੇ ਪਹਿਲਾਂ ਮੋਦੀ ਉਸ ਬਨਾਰਸ ਦੇ ਵਿੱਚ ਖਲੋ ਕੇ ਉਹਦੀ ਪਿੱਠ ਅਭੂਤਪੂਰਵ ਐਕਸਲੈਂਟ ਪਰਫੋਰਮੈਂਸ COVID-19 ਦੇ ਚੱਲਦੇ ਹਾਂ, ਔਰ ਇਹ ਜਿਹੜਾ ਹਾਥਰਸ ਕੇਸ ਸੀ ਉਹਦੇ 'ਚ ਵੀ ਇਹੀ ਹੋਇਆ, ਇੱਕ ਗਰੀਬ ਦਲਿਤ ਬੱਚੀ ਜਿਹੜੀ ਖੇਤਾਂ 'ਚ ਜਿਸ ਦੇ ਨਾਲ ਜ਼ਬਰ ਜਨਾਹ ਹੁੰਦਾ ਉਹਨੂੰ ਚੁੱਕ ਕੇ ਜ਼ਬਰਦਸਤੀ ਜਿਹੜਾ, ਕਿਉਂਕਿ ਜਦੋਂ ਤੁਸੀਂ ਸਾੜ ਦਿੰਦੇ ਹੋ ਕੋਈ ਸਬੂਤ ਕੋਈ ਮੈਡੀਕਲ ਕੁਛ ਰਹਿੰਦਾ ਹੀ ਨਹੀਂ ਹੈ, ਔਰ ਫਿਰ ਤੁਸੀਂ ਘਰਦਿਆਂ ਨੂੰ ਧਮਕਾਓ ਕੇਸ ਨਾਲ ਰਜਿਸਟਰ ਕਰੋ, ਔਰ ਇਹਦੇ 'ਤੇ ਉਹਨੇ ਬਰਿੰਦਾ ਕਰਾਤ ਨੇ ਕਿਹਾ
ਕਿ ਵੀ ਇਹ ਜਿਹੜੀ ਦਿੱਲੀ ਦੇ ਵਿੱਚ ਜਿਹੜਾ ਵਾਕਿਆ ਹੋਇਆ 9 ਸਾਲ ਦੀ ਬੱਚੀ ਨਾਲ, ਇਹ ਪਿਛਲੇ ਸਾਲ ਹਾਥਰਸ ਇੰਸੀਡੈਂਟ ਦੀ ਯਾਦ ਦਹਾਨੀ ਕਰਵਾਉਂਦੇ ਔਰ ਨਾਲ ਦੀ ਨਾਲ ਉਹਨਾਂ ਨੇ ਕਿਹਾ ਕਿ ਵੀ ਮੈਂ ਜਿਹੜੀ ਬੱਚੀ ਦੇ ਨਾਲ ਇਹ ਵਾਪਰਿਆ ਉਸ ਦੀ ਮਾਂ ਨੂੰ ਮੈਂ ਮਿਲੀ ਹੈ ਔਰ ਭਾਵੇਂ ਕਹਿਣ ਨੂੰ ਚਾਰ ਬੰਦਿਆਂ ਨੂੰ ਫੜ ਲਿਆ ਗਿਆ ਪਰ ਸਦਰ ਥਾਣਾ ਕੰਟੋਨਮੈਂਟ ਏਰੀਆ ਪੁਲਿਸ ਦਾ ਜਿਹੜਾ ਬਿਹੇਵੀਅਰ ਹੈ ਇਹਦੇ 'ਤੇ ਦੈਟ ਇਜ਼ ਸ਼ੌਕਿੰਗ ਟੂ ਸੇ ਦਾ ਲੀਸਟ ਔਰ ਇਹ ਸਾਰੇ ਦੇ ਉੱਤੇ ਹਾਲਾਂ ਰਾਹੁਲ ਗਾਂਧੀ ਵੀ ਗਿਆ ਮਿਲਣ ਦੇ ਲਈ ਔਰ ਸੈਂਕੜਿਆਂ ਲੋਕ ਜਿਹੜੇ ਨੇ ਉਹ ਵਿਕਟਿਮਸ ਦੇ ਪੇਰੈਂਟਸ ਨੂੰ ਮਿਲ ਰਹੇ ਨੇ ਸਾਈਟ ਆਫ ਇੰਸੀਡੈਂਟ 'ਤੇ ਪ੍ਰੋਟੈਸਟ ਚੱਲ ਰਿਹਾ ਇਸ ਦੇ ਉੱਤੇ ਔਰ ਪੁਲਿਸ ਨੇ ਕਿਹਾ ਜੀ ਅਸੀਂ ਬਿਆਨ ਲੈ ਲਿਆ ਉਹਦੀ ਵਿਕਟਿਮ ਦੀ ਮਦਰ ਦਾ ਰੇਪ ਚਾਰਜਿਸ ਹੈਵ ਬੀਨ ਐਡਿਡ ਇਨ ਦਾ ਐਫ ਆਈ ਆਰ ਆਲਰੇਡੀ ਉਹ ਤੁਸੀਂ ਮਾਰ ਦਿੱਤਾ ਉਹਨੂੰ ਜਿਸ ਕਿਸਮ ਔਰ ਪੰਡਿਤ ਇਨਵੋਲਵ ਹੈ ਉਹਦੇ 'ਚ ਪ੍ਰੀਸਟ ਉਸ ਕ੍ਰਿਮੇਸ਼ਨ ਦਾ ਔਰ ਇਸ ਸਾਰੇ 'ਤੇ ਹੁਣ ਇਹ ਕਿੰਨਾ ਇਹ ਕੋਈ ਇੱਕ ਵਾਕ ਇਹ ਤਾਂ ਕੋਈ ਹੁੰਦਾ ਰੌਲਾ ਪੈ ਜਾਂਦਾ ਚਰਚਾ ਹੁੰਦੀ ਹੈ ਗੱਲ ਉੱਥੇ ਟੁੱਟ ਜਾਂਦੀ ਹੈ ਔਰ ਜਦੋਂ ਇਹ ਖਬਰ ਅਸੀਂ ਡਿਸਕਸ ਕਰ ਰਹੇ ਹਾਂ ਨਾਲ ਦੀ ਨਾਲ ਉਹਨਾਂ ਦੀ ਆਪਣੀ ਨਿਊਜ਼ ਏਜੰਸੀ ਨੇ ਖਬਰ ਦਿੱਤੀ 1.71 ਲੱਖ ਰੇਪ ਕੇਸਿਸ ਰਜਿਸਟਰਡ ਇਨ ਇੰਡੀਆ ਇਨ 5 ਈਅਰਸ ਕਿ ਇਹ 1,71,000 ਕੇਸ ਪਿਛਲੇ 5 ਸਾਲ 'ਚ ਰੇਪ ਦੇ ਜਦੋਂ ਮੈਂ ਕਿਹਾ ਵੀ ਇੰਡੀਆ ਇਜ਼ ਦਾ ਰੇਪ ਕੈਪੀਟਲ ਆਫ ਦਾ ਵਰਲਡ ਇਹ ਡਾਟਾ ਮੇਰੇ ਸਾਹਮਣੇ ਸੀ ਇਹ ਵੀ ਤੁਸੀਂ ਅੰਦਾਜ਼ਾ ਲਾਓ ਕਿ ਵੀ ਇਹ 1/10 ਵੀ ਨਹੀਂ ਹੋਏਗਾ ਟੋਟਲ ਕੇਸਿਸ ਦਾ ਉਹ ਤਾਂ ਰਜਿਸਟਰ ਹੀ ਨਹੀਂ ਕਰਦੇ ਲੇਕਿਨ ਜੇ ਇੰਨੀ ਵੱਡੀ ਗਿਣਤੀ ਦੇ ਵਿੱਚ ਰੇਪ 5 ਸਾਲ ਦੇ ਵਿੱਚ ਹੋਏ ਨੇ ਤਾਂ ਅੰਦਾਜ਼ਾ ਲਾਓ ਕਿ ਉੱਥੇ ਔਰਤਾਂ ਦਾ ਕੀ ਹਾਲ ਹੈ ਕਿੰਨੀਆਂ ਅਨਸੇਫ ਹੈ ਔਰ ਇਸ ਦੇ ਉੱਤੇ ਜਦੋਂ ਪਹਿਲਾ ਕੇਸ ਨਿਰਭਿਆ ਕੇਸ ਹੋਇਆ ਸੀ ਜਿਹੜਾ ਅੱਜ RSS ਦਾ ਹੈੱਡ ਨਾਗਪੁਰ 'ਚ ਬੈਠਾ ਜਿਹੜਾ ਮੋਦੀ ਹਕੂਮਤ ਨੂੰ ਰਨ ਕਰ ਰਿਹਾ ਮੋਹਨ ਭਾਗਵਤ ਉਸਨੇ ਕਿਹਾ ਸੀ ਕਿਉਂਕਿ ਨਿਰਭਿਆ ਕੇਸ ਦਿੱਲੀ 'ਚ ਹੋਇਆ ਉਸਨੇ ਕਿਹਾ ਸੀ ਕਿ ਭਾਰਤ ਅਸਲੀ ਭਾਰਤ ਮੇਂ ਇਹ ਨਹੀਂ ਹੋਤਾ ਉਹ ਕਹਿਣਾ ਇਹ ਚਾਹੁੰਦਾ ਸੀ ਪਿੰਡਾਂ ਦਾ ਭਾਰਤ ਵੀ ਇਹ ਤਾਂ ਸ਼ਹਿਰ ਵਾਲਿਆਂ ਨੇ ਔਰ ਫਿਰ ਕਿੰਨੇ ਮਿਨਿਸਟਰਾਂ ਦੇ ਬਿਆਨ ਕਿ ਜੀ ਕੁੜੀਆਂ ਰਾਤ ਨੂੰ ਕੀ ਕਰਦੀਆਂ ਨੇ ਬਾਹਰ ਉਹ ਰਾਤ ਦੀ ਨੌਕਰੀ ਕਿਉਂ ਕਰਦੀਆਂ ਔਰਤਾਂ ਦੀ ਥਾਂ ਨੌਕਰੀਆਂ ਲਈ ਥੋੜ੍ਹੀ ਹੈ ਉਹ ਕੋਈ ਹੋਰ ਚਾਰਜ ਜਿਹੜਾ ਹੈ ਉਹ ਇਸ ਕਿਸਮ ਦਾ ਲਾਉਣ ਦੀ ਲਾਈਨ ਹੁੰਦੀ ਹੈ ਲੇਕਿਨ ਇਹ ਜਿਹੜਾ ਕੁਛ ਵਾਪਰ ਰਿਹਾ ਹੈ ਇਹ ਸ਼ਹਿਰੀ ਭਾਰਤ 'ਚ ਨਹੀਂ ਵਾਪਰ ਰਿਹਾ 1,71,000 ਜਿਹੜੇ ਰੇਪ ਕੇਸਿਸ ਨੇ ਇਹ ਟੋਟਲ ਆਫ 22,750 ਕੇਸਿਸ ਵਾਰ ਰਜਿਸਟਰਡ ਇਨ ਮੱਧਿਆ ਪ੍ਰਦੇਸ਼ ਹੁਣ ਮੱਧ ਪ੍ਰਦੇਸ਼ ਉਹ ਹੈ ਜਿੱਥੇ ਲਗਾਤਾਰਤਾ ਨਾਲ ਬੀਜੇਪੀ ਦੀ ਹਕੂਮਤ ਹੈ ਹੁਣ ਵੀ ਬੀਜੇਪੀ ਦੇ ਕੋਲ ਕਿ 22,753 ਕੇਸ ਮੱਧ ਪ੍ਰਦੇਸ਼ 'ਚ ਹੋਏ ਔਰ ਇਸੇ ਤਰ੍ਹਾਂ 20,937 ਕੇਸ ਰਾਜਸਥਾਨ 'ਚ ਜਿੱਥੇ ਕਾਂਗਰਸ ਦੀ ਹਕੂਮਤ ਹੈ ਯੋਗੀ ਗੁੰਡਾ ਜਿਹਨੂੰ ਬੈਸਟ ਲਾਅ ਐਂਡ ਆਰਡਰ ਉਹ ਕਹਿ ਰਿਹਾ 19,098 ਕੇਸ ਉੱਤਰ ਪ੍ਰਦੇਸ਼ 'ਚ ਔਰ ਜ਼ਾਹਰ ਹੈ ਕਿ ਵੀ ਇਹ ਜੇ ਤੁਸੀਂ ਸਾਰਾ ਡਾਟਾ ਦੇਖੋ ਇਹ ਉਹ ਹੈ ਜਿਹੜਾ ਸਿਰਫ ਰਜਿਸਟਰ ਹੋਏ ਨੇ ਕਾਰਵਾਈ ਕੀ ਹੋਈ ਜੇ ਤੁਸੀਂ ਉਹਦੇ 'ਚ ਦੇਖੋ 2% ਵੀ ਕਨਵਿਕਸ਼ਨ ਨਹੀਂ ਹੋਏਗੀ ਔਰ ਇਹ ਜਿਹੜਾ ਇਹਦੇ ਤੋਂ ਕਈ ਗੁਣਾ ਜ਼ਿਆਦਾ ਜਿਹੜੇ ਕੇਸ ਨੇ ਉਹ ਰਿਪੋਰਟ ਨਹੀਂ ਹੁੰਦੇ ਕਿਉਂਕਿ ਜਿਹਨਾਂ ਨਾਲ ਘਰਾਂ 'ਚ ਧੱਕਾ ਹੁੰਦਾ ਉਹ ਵੀ ਔਰ ਕਿਉਂਕਿ ਇਹ ਬਹੁਤ ਸਾਰੀਆਂ ਜਿਹੜੀਆਂ ਵਿਕਟਮ ਬੱਚੀਆਂ ਨੇ ਇਹ ਦਲਿਤ ਬੱਚੀਆਂ ਟ੍ਰਾਈਬਲਸ ਬੱਚੀਆਂ ਘੱਟ ਗਿਣਤੀਆਂ ਨਾਲ ਸੰਬੰਧਿਤ ਗਰੀਬ ਪਰਿਵਾਰਾਂ ਦੀ ਉਹਨਾਂ ਨੂੰ ਥਾਣਿਆਂ ਵਾਲੇ ਜਿਹੜੇ ਨੇ ਉਹਨਾਂ ਨੂੰ ਇਹ ਹੁੰਦਾ ਵੀ ਇਹਦੇ ਨਾਲ ਤਾਂ ਜਬਰ ਜਨਾਹ ਹੋਇਆ ਜੇ ਥਾਣੇ 'ਚ ਭੇਜਿਆ ਤਾਂ ਹੋਰ ਜਬਰ ਜਨਾਹ ਹੋਏਗਾ ਉਹ ਰਿਪੋਰਟ ਕਰਨ ਤੱਕ ਹੀ ਨਹੀਂ ਜਾਂਦੇ ਔਰ ਨਾਲ ਦੀ ਨਾਲ ਜਿਹੜੇ ਇਹ ਹਾਈ ਕਾਸਟ ਵਾਲੇ ਨੇ ਆ ਕੇ ਉਹਨਾਂ ਨੂੰ ਧਮਕਾ ਜਾਂਦੇ ਨੇ ਕਿ ਭਾਈ ਅਸੀਂ ਤੁਹਾਡੀ ਬਸਤੀ ਨੂੰ ਅੱਗ ਲਾ ਦੇਵਾਂਗੇ ਸਾੜ ਦੇਵਾਂਗੇ ਇਹ ਹੈ ਭਾਰਤ ਜਿਹੜਾ ਦਾਅਵਾ ਕਰਦਾ ਕਿ ਜੀ ਔਰਤ ਨੂੰ ਦੇਵੀ ਕਹਿੰਦੇ ਨੇ ਅਤੇ ਦੇਵੀ ਦੇ ਮੰਦਰ ਬਣਾਏ ਹੋਏ ਨੇ ਇਸ ਤੋਂ ਵੱਡੇ ਹਿਪੋਕ੍ਰੇਟ ਹੋਰ ਕੌਣ ਹੋ ਸਕਦਾ ਡਾਕਟਰ ਆਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ ਸੋ ਇੱਥੇ ਲੈਣੇ ਬ੍ਰੇਕ ਵਿਊਅਰਸ ਦੱਸਣਾ ਇਸੇ ਤਰ੍ਹਾਂ ਜੁੜੇ ਰਹਿਣਾ ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ